ਕਹਿੰਦੇ ਜੀ ਉਹਨਾਂ ਦੀ ਇੱਥੇ ਮੰਜੀ ਡੱਟੀ ਸਾਹਮਣੇ ਤੇ ਇਹ ਗੇਟ ਬੰਦ ਸੀ ਲੋਕ ਲੱਗਾ ਸੀ ਬਾਹਰੋਂ ਆਏ ਆ ਉਹਨਾਂ ਨੇ ਗੋਲੀਆਂ ਚਲਾਈਆਂ ਆਵਾਜ਼ ਨਹੀਂ ਮਾਰੀ ਕਿਸੇ ਨੂੰ ਦੇਖਿਆ ਪੁੱਛਿਆ ਕੋਈ ਨਹੀਂ ਆ ਇਹ ਉੱਠੇ ਆ ਬੈਠੇ ਬਾਥਰੂਮ ਗਏ ਮੰਜੀ ਤੇ ਲੰਮਾ ਪੈਣਾ ਸੀ ਇਹਨਾਂ ਨੇ ਜਦੋਂ ਖੁਰਾਕ ਹੁੰਦਾ ਪਿਆ ਤੇ ਕਹਿੰਦੇ ਵੀ ਇਹਦਾ ਦੱਤ ਲਿਆ ਮੇਰਾ ਵੀ ਦੇਖਾ ਕੌਣ ਆ ਤੇ ਇਹਨਾਂ ਦੇ ਇੱਥੇ ਗੋਲੀ ਲੱਗੀ ਆ ਕਿੰਨੇ ਵਜੇ ਦੀ ਘਟਨਾ ਹੈ 12 12:30 ਲਾ ਲਓ ਜੀ 12:21 ਵਜੇ ਦੀ 12 ਵਜੇ ਕਿੰਨੀ ਪੁਰਾਣ ਫਾਇਰ ਹੋਇਆ ਨਹੀਂ ਫਾਇਰ ਤੁਹਾਡੇ ਸਾਹਮਣੇ ਜੀ 8 ਦਾ ਕੋਈ ਵਜੇ ਆ ਤੇ ਇਹ ਮੈਨੂੰ 8 ਨੂੰ ਹੋਣੇ ਆ ਦੋ ਤਿੰਨ ਬਾਹਰੋਂ ਮਿਲੇ ਪਰ ਹਾਂਜੀ ਪਰਿਵਾਰ ਸਾਰੇ ਸਾਡਾ ਸਾਰੇ ਘਰ ਸਾਡੇ ਆ ਜੀ ਚਾਰੇ ਭਰਾ ਵਾ ਅਸੀਂ ਚਾਰੇ ਘਰ ਸਾਡੇ ਆ ਅਸੀਂ ਮਤਲਬ ਗੇਟਾਂ ਤਾਲੇ ਮਾਰੇ ਦੇ ਤਾਲੇ ਸਰਗੋਂ ਨਹੀਂ ਖੁੱਲੇ ਅਸੀਂ ਗੇਟ ਟੱਪ ਕੇ ਉੱਤੋਂ ਨਿਕਲ ਗਏ ਬਾਹਰ ਵੇਖਿਆ ਕਿੰਨੇ ਜਣੇ ਸੀ ਦੇਖਿਆ 8-9 ਜਣੇ ਜੀ 7 4 ਮੋਟਰਸਾਈਕਲ ਤੇ ਕਿੰਨੇ ਇੱਕੋ ਬੰਦੇ ਨੇ ਗੋਲੀ ਚਲਾਈ ਕਿ ਸਾਰੇ ਨੇ ਚਲਾਈ ਨਹੀਂ ਗੋਲੀ ਤੇ ਚਲਾਉਂਦਾ ਇੱਕੋ ਹੀ ਬੰਦਾ ਵੇਖਿਆ ਦੋ ਬੰਦੇ ਇੱਥੇ ਖੜੇ ਇੱਕ ਇੱਥੇ ਖੜਾ ਜੀ ਕਿੱਧਰ ਖੜਾ ਜੀ ਗੋਲੀ ਮੇਰੇ ਖਿਆਲ ਇੱਕੋ ਹੀ ਚਲਾਈ ਹਾਂਜੀ ਕੋਈ ਕਹਿ ਨਹੀਂ ਸਕਦੇ ਜੀ ਕਿਸੇ ਨੂੰ ਕੋਈ ਦੁਸ਼ਮਣ ਦੁਸ਼ਮਣੀ ਕੋਈ ਨਹੀਂ ਸਾਡੀ ਕਿਸੇ ਨੂੰ ਪਹਿਲੀ ਬੰਨੇ ਦਾ ਰੌਲਾ ਨਹੀਂ 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 ਮਜਬੀ ਸਿੰਘ ਮਾਡੇ ਦੀ ਪੜੀ ਕਿਥੋਂ ਫਿਰ ਇਸ ਤਰੀਕੇ ਨਾਲ ਗੋਲੀ ਚੱਲਣੀ ਔਰ ਸ਼ਰਿਆਮ ਇਸ ਤਰ੍ਹਾਂ ਮਰਡਰ ਹੋ ਜਾਣਾ ਗੋਲੀ ਜਿਹੜੀ ਆ ਗੇਟ ਚੋਂ ਨਿਕਲ ਕੇ ਵੱਜੀ ਗੇਟ ਚੋਂ ਨਿਕਲ ਕੇ ਵੱਜੀ ਆ ਗੇਟ ਹਾਂਜੀ ਪੁਲਿਸ ਨੇ ਕੀ ਕਾਰਵਾਈ ਕੀਤੀ ਉਸ ਨੇ ਬਹੁਤ ਗਾਲ ਕੀਤੀ ਆ ਜੀ ਸਵੇਰ ਦੇ ਰਾਤ ਦੇ ਇੱਥੇ ਬੈਠਿਆ ਜੀ ਉਹਨੇ ਵੀ ਸਾਡੇ ਕੋਲ ਅਸੀਂ ਉੱਤੇ ਲਿਖਵਾ ਲਿਆ ਉਹਨੇ ਰਿਪੋਰਟ ਲਿਖਾਈ ਆ ਹੁਣੇ ਸੀ ਐਸ ਸਟਾਫ ਵਾਲੇ ਵੀ ਆਏ ਜੀ ਐਸ ਪੀ ਦਫ਼ਤਰੋਂ ਵੀ ਬੰਦਾ ਆਇਆ ਜੀ ਹੁਣੇ ਮੇਰੇ ਕੋਲ ਇੱਥੋਂ ਗਿਆ ਹੁਣੇ 2 ਮਿੰਟ ਹੋਇਆ ਬਾਕੀ ਪੁਲਿਸ ਨੇ ਕਾਰਵਾਈ ਬਹੁਤ ਚੱਲਣ ਰਿਹਾ ਜੀ ਉਹ ਉੱਥੇ ਬੈਠੇ ਆ ਉਹ ਇੱਥੇ ਹੀ ਪਤਾ ਹੀ ਨਹੀਂ ਲੱਗਾ ਆਉਂਦਿਆਂ ਗੋਲੀਆਂ ਚਲਾਈਆਂ ਕਿਸੇ ਨੂੰ ਬੋਲੇ ਨਹੀਂ ਮਾੜਾ ਕੋਈ ਗਾਲ ਨਹੀਂ ਕੱਢੀ ਇੱਧਰ ਗੋਲੀਆਂ ਸਿੱਧੀਆਂ ਚਲਾਉਣ ਲੱਗ ਪਏ ਤੇ ਉਹਦੇ ਉੱਠ ਕੇ ਬਹਿ ਗਿਆ ਵੱਜਦੀਆਂ ਵੇਖ ਕੇ ਤੇ ਆ ਇੱਥੇ ਵੱਜ ਗਈ ਛਾਤੀ ਦੇ ਵਿੱਚ ਫਿਰ ਅਸੀਂ ਰੌਣਕ ਪੈਣ ਲੱਗ ਪਏ ਤੇ ਉਹਨੇ ਚਿੰਨ ਭੱਜ ਗਏ ਹੋਰ ਕੋਈ ਗੱਲ ਹੋਈ ਨਹੀਂ ਜਦੋਂ ਗੋਲੀ ਚੱਲਦੀ ਸੀ ਤੁਸੀਂ ਸਾਰੇ ਅਸੀਂ ਸਾਰੇ ਇੱਥੇ ਉਹਦੇ ਲਾਗੇ ਲਾਗੇ ਘੁੰਮਦੇ ਫਿਰਨ ਦੇ ਆ ਅੱਛਾ ਉਦੋਂ ਜਾਗਦੇ ਪਏ ਸੀ ਹਾਂਜੀ ਜਾਗਣ ਦੇ ਆ ਰਾਤ ਦੇ 12 ਵਜੇ ਆਏ ਕਿਸੇ ਨੂੰ ਕੀ ਲੱਗਦਾ ਕਿ ਕਿਉਂ ਚੱਲੀ ਹੋਈ ਸੀ ਪਤਾ ਨਹੀਂ ਲੱਗਾ ਸਾਡੇ ਨਾਲ ਸਾਡਾ ਕੋਈ ਵੈਰ ਹੀ ਨਹੀਂ ਕਿਸੇ ਦੇ ਨਾਲ ਤੇ ਰਾਤ ਦੀ ਮੁੱਕੇ 10:30 ਵਜੇ ਕੋਈ 9 ਕੋਈ 8-9 ਜਣੇ ਆਏ ਆ ਤੇ ਨਾਲ ਕਿਤੇ ਗੋਲੀਆਂ ਮਾਰੀਆਂ ਤੇ ਇਹਦੇ ਇੱਕ ਜੋ ਇਹਦੇ ਗੋਲੀ ਇੱਕੋ ਲੱਗੀ ਆ ਬਾਕੀ ਦੇ ਸਾਰੀਆਂ ਤਾੜਾਂ ਲੱਗੀਆਂ ਉਹ ਇੱਕ ਗੋਲੀ ਟਕਾੜੇ ਨਾਲ ਲੱਗ ਗਈ ਜਦੋਂ ਉਹਦੇ ਨਾਲ ਕਿਤੇ ਹੁਣ ਡੈੱਡ ਬੋਡੀ ਕਿੱਥੇ ਆ ਡੈੱਡ ਬੋਡੀ ਸਿਵਲ ਹਸਪਤਾਲ ਚ ਆ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਪੁਲਿਸ ਆਪਣੀ ਤਫ਼ਤੀਸ਼ ਕਰਨ ਰਹੀ ਆ ਤੇ ਬਾਕੀ ਜੇ ਪਹਿਲਾਂ ਤਾਂ ਤਫ਼ਤੀਸ਼ ਕਰਨ ਰਹੀ ਆਪਣੇ ਵੀ ਜੇ ਪਤਾ ਲੱਗ ਜੇ ਕਿਹੜੇ ਬੰਦੇ ਦੇ ਵਾਜੇ ਉਹਨਾਂ ਮਗਰ ਆਪਣੀ ਪਾਰਟੀ ਮਾ ਬਣਾਤੀਆਂ ਵਾ ਮਗਰ ਆਪਣੇ ਚੜ੍ਹਨ ਰਹੇ ਆ ਗਏ ਆ ਪਾਰਟੀ ਸਾਡੀ ਸਾਰੀਆਂ ਗਈਆਂ ਵਾ ਸਾਨੂੰ ਸਿਰਫ ਇਹ ਇਸੇ ਘਰ ਹੀ ਸਿਰਫ ਆ ਸਾਨੂੰ ਕੋਈ ਗਾੜੀ ਤਫ਼ਤੀਸ਼ ਆ ਸਾਨੂੰ ਇਹਨਾਂ ਨੇ ਪਤਾ ਟੀਮਾਂ ਗਈਆਂ ਦੱਸਿਆ ਧੰਨਵਾਦ।